You're listening to CNN Toronto, Chawla News Network Toronto. ਪਟੀ ਸਾਹਿਬ ਲੰਘ ਗਿਆ, ਉਹ ਲੰਘ ਗਿਆ, ਲੰਘ ਲਿਆ। ਵੈਲਕਮ ਜੀ, ਆਇਆਂ ਨੂੰ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਮੇਰੇ ਵੱਲੋਂ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ, ਠੀਕ ਠਾਕ ਹੋ? ਬੜੀ ਕਿਰਪਾ ਜੀ, ਤੁਸੀਂ ਸੁਣਾਓ। ਪਟੀ ਸਾਹਿਬ, ਭਾਈ ਅੰਮ੍ਰਿਤਪਾਲ ਸਿੰਘ ਹੁਣਾਂ ਤੋਂ ਸ਼ੁਰੂ ਕਰਨਾ ਹੈ। ਸੋਸ਼ਲ ਨੈਟਵਰਕ ਮੀਡੀਆ ਦਾ ਯੁੱਗ ਹੈ, ਭਾਈ ਅੰਮ੍ਰਿਤਪਾਲ ਸਿੰਘ ਹੁਣਾਂ ਦੀਆਂ ਖਬਰਾਂ ਕੁਝ ਛਪੀਆਂ ਨੇ। ਉਹਨਾਂ ਦਾ ਬਿਆਨ ਇੱਕ ਆਇਆ, ਉਹਨਾਂ ਦੀ ਮਾਤਾ ਜੀ ਦਾ, ਹੈ ਨਾ, ਉਸ ਨੂੰ ਲੈ ਕੇ ਭਾਈ ਅੰਮ੍ਰਿਤਪਾਲ ਸਿੰਘ ਹੁਣਾਂ ਦਾ ਇੱਕ ਬਿਆਨ, ਉਹਨਾਂ ਨੇ ਗੰਭੀਰ ਨੋਟਿਸ ਲਿਆ ਅਤੇ ਕਿਹਾ ਕਿ ਸਿੱਖ ਰਾਜ ਦੀ ਬਹਾਲੀ ਤੱਕ ਸੰਘਰਸ਼ ਜਾਰੀ ਰਹੇਗਾ। ਜਿਹੜੀ ਉਹਨਾਂ ਨੇ ਇੱਕ ਇਗਜ਼ਾਮਪਲ ਦਿੱਤੀ ਹੈ ਨਾ, ਉਹ ਬਹੁਤ ਆਪਣੇ ਵੇਲੇ ਦੀ ਇੱਕ ਯਾਦ ਤਾਜ਼ੀ ਕਰਵਾਉਂਦਾ। ਹਾਂਜੀ, ਬਹੁਤ ਵੱਡੀ ਇਗਜ਼ਾਮਪਲ ਦਿੱਤੀ ਉਹਨਾਂ ਨੇ। ਬਾਕੀ ਤੁਸੀਂ ਦੱਸ ਦਿਓ ਕੀ ਕਹਿਣਾ ਚਾਹੋਗੇ। ਪਹਿਲੀ ਗੱਲ ਇਹ ਹੈ ਜੀ, ਕਿ ਜਿੰਨੀ ਵੱਡੀ ਸਿਕਿਉਰਿਟੀ ਦੇ ਵਿੱਚ ਉਹਨਾਂ ਨੂੰ ਲਿਆਂਦਾ ਗਿਆ, ਸਾਡੇ ਜਸਪ੍ਰੀਤ ਸਿੰਘ ਅਟੋਰਨੀ ਜਨਰਲ ਨੇ, ਅਟੋਰਨੀ ਨੇ ਅਮਰੀਕਾ ਦੇ, ਉਹਨਾਂ ਨੇ ਕਾਫੀ ਉਹਦੀ ਨਿੰਦਾ ਕੀਤੀ। ਚਲੋ, ਇੱਕ ਵੱਖਰੀ ਗੱਲ ਹੈ। ਹੁਣ ਜਿਹੜੀ ਉਹਨਾਂ ਦੀ ਮਾਤਾ ਨੇ ਬਿਆਨ ਦਿੱਤਾ ਵੀ ਜਦੋਂ ਉਹਨਾਂ ਸਹੁੰ ਚੁੱਕ ਲਈ ਤੇ ਫਿਰ ਖਾਲਿਸਤਾਨ ਦਾ ਮਸਲਾ ਆਟੋਮੈਟਿਕਲ ਖਤਮ ਹੋ ਗਿਆ, ਉਹ ਡਾਇਰੈਕਟ ਆਉਣਾ, ਜਦੋਂ ਉਹ ਜੇਲ੍ਹ ਚ ਬੈਠੇ ਉੱਥੋਂ ਕਿਸ ਤਰੀਕੇ ਨਾਲ ਇੰਨੀ ਜਲਦੀ ਡਾਇਰੈਕਟ ਕੀਤਾ ਗਿਆ, ਕਿਵੇਂ ਬਾਹਰ ਆਇਆ। ਪਰ ਮੈਂ ਇਹ ਦੱਸ ਦਿਆ ਵੀ ਉਹਨਾਂ ਦੀ ਜਿਹੜੀ ਪਤਨੀ ਆ, ਉਹ ਅੱਜ ਕੱਲ੍ਹ ਜਿਹੜੀ ਆ, ਉਹ ਆਪਣੇ ਪਿੰਡ ਨਹੀਂ, ਬਾਹਰ ਨਹੀਂ, ਵਿਦੇਸ਼ ਦੀ, ਉਹ ਡਿਬਰੂਗੜ੍ਹ ਵਿੱਚ ਮਕਾਨ ਲੈ ਕੇ ਰਹਿ ਰਹੀ, ਕਿਉਂਕਿ ਸਮੇਂ ਸਮੇਂ ਤੇ ਉਹਨਾਂ ਨਾਲ ਮੁਲਾਕਾਤ ਕੀਤੀ ਜਾਵੇ, ਉਸਨੂੰ ਗੱਲਬਾਤ ਕੀਤੀ ਜਾ ਸੀ। ਹੁਣ ਉਹਦੇ ਐਕਸ ਦੇ ਉੱਤੇ ਜੇ ਇਹ ਅਗਲ ਆਉਂਦੀ ਆ, ਜਿਹੜਾ ਇੱਕ ਵਿਅਕਤੀ ਦੇ, ਇੱਕ ਨੌਜਵਾਨ ਦੇ 14 ਸਾਲ ਦੇ ਬੱਚੇ ਦੀ ਕੀਤੀ, ਵੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ ਜਾ ਰਿਹਾ ਸੀ, ਬੱਚਾ ਜਦੋਂ ਖੜ ਗਿਆ ਤੇ ਉਹਦੀ ਮਾਂ ਕਹਿੰਦੀ ਵੀ ਇਹ ਸਿੱਖ ਨਹੀਂ। ਬੜੀ ਵੱਡੀ ਕੱਢੀ ਜਾਏ ਮਰਜ਼ਾ ਪਹਿਲਾਂ, ਬਹੁਤ ਵੱਡੀ। ਤੇ ਅੱਗੋਂ ਕੀ ਸੀ ਵੀ ਨਹੀਂ ਮੈਂ ਸਿੱਖ ਹਾਂ, ਉਹ ਕਹਿੰਦੇ ਤੇਰੀ ਮਾਂ ਕਹਿੰਦੀ, ਕਹਿੰਦਾ ਮੇਰੀ ਮਾਂ ਹੀ ਨੀ ਹੈਗੀ। ਜੇ ਉਹਨੇ ਉਹਨੂੰ ਕਹਿਤਾ ਵੀ ਸਿੱਖ ਨੀ, ਤਾਂ ਉਹਨੇ ਮਾਂ ਨੂੰ ਆਉਣ ਮੰਨਣ ਤੋਂ ਇਨਕਾਰ ਕਰਤਾ। ਬੜੀ ਇਹ ਕਰਨੀ ਤੇ ਸਖ਼ਤ ਟਿੱਪਣੀ ਆ, ਬਹੁਤ ਤਗੜੀ। ਉਹਨਾਂ ਨੇ ਕੀਤੀ ਤਾਂ ਨਹੀਂ ਕੀਤੀ, ਮੈਨੂੰ ਨੀ ਇਸ ਗੱਲ ਦਾ ਪਤਾ। ਨਾਲ ਦੀ ਰਾਜਬਣਾ ਦਾ ਧਰਮ ਬਣੇ, ਇਹ ਧਰਮ ਚੱਲੇ ਸੀ, ਰਾਜਬਣਾ ਤਾਂ ਤਲੇ ਮਣ ਜੋ ਹੀ ਹੈਗਾ, ਉਹਦੀ ਤੁਪ ਜੀ ਉਹਦੇ ਮੁਤਾਬਕ ਜਿਹੜਾ। ਇਸ ਕਰਕੇ ਭਾਈ ਅੰਮ੍ਰਿਤਪਾਲ ਸਿੰਘ ਬਾਰੇ ਮੈਂ ਸ਼ੰਕੇ ਚ ਵੀ ਕੀ ਉਹਨਾਂ ਦੀ ਜਿਹੜੀ ਐਕਸ ਤੇ ਪੋਸਟ ਪਾਈ, ਉਹਨਾਂ ਨੇ ਆਪ ਪਾਈ ਹੈ ਜਾਂ ਪਾਈ ਹੈ ਜਾਂ ਕਿਸੇ ਹੋਰ ਨੇ ਪਾਈ, ਉਹ ਤਾਂ ਜੇਲ੍ਹ ਚ ਬੈਠੇ ਨੇ, ਪੋਸਟ ਕਿਵੇਂ ਪਈ ਉੱਥੇ, ਇਹਦੇ ਬਾਰੇ ਅਸੀਂ ਸਪਸ਼ਟੀਕਰਨ ਆਉਣਾ ਬਾਕੀ। ਲੇਕਿਨ ਉਹਨਾਂ ਦੀ ਐਗਜ਼ਾਮਪਲ ਜਿਹੜੀ ਆ ਲੋੜ ਤੋਂ ਵੱਧ ਸਖ਼ਤ ਸੀਗੀ, ਉਹ ਵੀ ਕਹਿ ਸਕਦੇ ਸੀ ਵੀ ਮਾਤਾ ਜੀ ਨੂੰ ਕਿਤੇ ਭੁਲੇਖਾ ਲੱਗਿਆ ਹੋਏਗਾ। ਦੂਸਰੀ ਚੀਜ਼, ਚਾਵਲਾ ਸਾਹਿਬ ਨੇ ਅੱਗੇ ਵੀ ਗੱਲ ਕੀਤੀ ਸੀ ਵੀ ਡੀ ਐਮ ਕੇ ਵਾਲਿਆਂ ਨੇ 1962 ਦੇ ਵਿੱਚ ਜਾ ਕੇ ਪਾਰਲੀਮੈਂਟ ਚ ਰੌਲਾ ਪਾਇਆ ਸੀ ਕਿ ਅਸੀਂ ਭਾਰਤ ਦਾ ਨਹੀਂ ਰਹਿਣਾ ਚਾਹੁੰਦੇ, ਸਾਡਾ ਉਹ ਦੱਖਣ ਦਾ ਹਿੱਸਾ ਵੱਖਰਾ ਕੀਤਾ ਜਾਵੇ। ਲੇਕਿਨ ਪੰਡਿਤ ਜਵਾਹਰ ਲਾਲ ਨਹਿਰੂ ਉਹਨਾਂ ਕੋਲੇ ਗਏ, ਉਹਨਾਂ ਨੂੰ ਮਨਾਇਆ, ਉਹਨਾਂ ਨੂੰ ਕੁਛ ਸਹੂਲਤਾਂ ਦਿੱਤੀਆਂ ਵੀ ਤੁਸੀਂ ਸਾਡੇ ਨਾਲ ਰਹੋ, ਆਪਾਂ ਇਕੱਠੇ ਰਵਾਂਗੇ, ਖੱਟਾਂਗੇ ਅਸੀਂ ਪਿੱਛੇ ਦੇ। ਉੱਥੇ ਇਹਨਾਂ ਜਦੋਂ ਮੋਦੀ ਸਾਹਿਬ ਸੀਗੇ, ਮੋਦੀ ਤੇ ਅਮਿਤ ਸ਼ਾਹ ਦਾ ਬਿਆਨ ਸੀਗਾ ਵੀ ਹਿੰਦੀ ਨੂੰ ਮਾਤਾ ਭਾਸ਼ਾ ਬਣਾ ਕੇ ਤੇ ਸਾਰੇ ਭਾਰਤ ਲਾਗੂ ਕੀਤਾ ਜਾਵੇ, ਤੇ ਉਦੋਂ ਵੀ ਉਹਨਾਂ ਪੰਜਾਂ ਸਟੇਟਾਂ ਨੂੰ ਰੌਲਾ ਪਾਤਾ ਸੀ ਇਹੀ ਤੁਹਾਡੇ ਨਾਲ ਰਹਿਣਾ, ਸਾਡਾ ਆਪਣਾ ਸੱਭਿਆਚਾਰ, ਸਾਡੀ ਆਪਣੀ ਰਵਾਇਤ, ਆਪਣੀ ਸਿਧਾਂਤ, ਸਾਡੀ ਆਪਣੀ ਬੋਲੀ, ਇਸ ਕਰਕੇ ਤੁਹਾਡੇ ਨਾਲ ਰਹਿਣਾ। ਫਿਰ ਇਹਨਾਂ ਨੂੰ ਬਹੁਤ ਵਾਪਸ ਲੈਣਾ ਪਿਆ ਸੀਗਾ,
ਪਰ ਮੈਨੂੰ ਇਹ ਦੱਸ ਦਿਓ ਸਭ ਤੋਂ ਵੱਡੇ ਅਲੰਬਰਦਾਰ ਸਾਡੇ ਜਿਹੜੇ ਨਾ ਖਾਲਿਸਤਾਨ ਦੇ ਭੁਜੰਗ ਦੇ ਮਾਨ ਸਿਮਰ ਸਿੰਘ ਮਾਨ ਜਿਨ੍ਹਾਂ ਨੇ ਉਸ ਚਿੱਤਰ ਤੇ ਕਿਤੋਂ ਵੀ ਗੱਲ ਕਰਦੇ ਜਾ ਕੇ ਆਪਾਂ ਅੱਗੇ ਕਦੀ ਉਹਨਾਂ ਖਾਲਿਸਤਾਨ ਦੀ ਮੰਗ ਜਾ ਕੇ ਪਾਰਲੀਮੈਂਟ ਚ ਉਠਾਈ ਕਦੀ ਕਿਹਾ ਕਿ ਖਾਲਿਸਤਾਨ ਜਿੰਦਾਬਾਦ ਅਸੀਂ ਖਾਲਿਸਤਾਨ ਚਾਹੁੰਦੇ ਕਦੀ ਕਿਹਾ ਹੋਏ ਕਦੀ ਨੀ ਕਿਹਾ ਹੁੰਦਾ ਭਾਈ ਸਾਹਿਬ ਦੀ ਭਾਈ ਅੰਮ੍ਰਿਤਪਾਲ ਸਿੰਘ ਨੇ ਖਾਲਿਸਤਾਨ ਦੀ ਗੱਲ ਨਹੀਂ ਕੀਤੀ ਪਰ ਮੈਂ ਇਹ ਵੀ ਗੱਲ ਕਹਿੰਦਾ ਜੇ ਕਾਨੂੰਨ ਦੇ ਦਾਇਰੇ ਚ ਰਹਿ ਕੇ ਉਹਨਾਂ ਖਾਲਿਸਤਾਨ ਦੀ ਮੰਗ ਕੀਤੀ ਹੈ ਤੇ ਹਿੰਦੁਸਤਾਨ ਮੁਰਦਾ ਬਾਰੇ ਵੀ ਕਿਤੇ ਨੀ ਕਿਹਾ ਉਹਨਾਂ ਨੇ ਜੇ ਕਿਹਾ ਤੇ ਦੱਸ ਦਿਓ ਕਿਤੇ ਨੀ ਹਿੰਦੁਸਤਾਨ ਮੁਰਦਾਬਾਦ ਕਿਹਾ ਉਹਨਾਂ ਨੇ ਇਸ ਕਰਕੇ ਭਾਈ ਜੇ ਸਿਮਰ ਸਿੰਘ ਮਾਨ ਨੇ ਮੰਗ ਨਹੀਂ ਕੀਤੀ ਤੇ ਭਾਈ ਅੰਮ੍ਰਿਤਪਾਲ ਸਿੰਘ ਨੇ ਕਿਹਾ ਜੀ ਸਿੱਖ ਰਾਜ ਦੀ ਬਹਾਲੀ ਤੱਕ ਸਾਡਾ ਸੰਘਰਸ਼ ਜਾਰੀ ਰਹੂਗਾ ਉਹਨਾਂ ਸਿੱਖ ਰਾਜ ਦੀ ਬਹਾਲੀ ਦੀ ਗੱਲ ਕੀਤੀ ਸਿੱਖ ਰਾਜ ਦੀ ਗੱਲ ਕੀਤੀ ਹੋਣਾ ਚਾਹੀਦਾ ਨਾ ਕਿ ਖਾਲਿਸਤਾਨ ਜਿਹੜਾ ਦਿਨ ਬਿਆਨ ਦੇ ਟੈਕਸ ਤੇ ਹੈ ਨਾ ਉਹ ਸਿੱਖ ਰਾਜ ਦੀ ਗੱਲ ਕੀਤੀ ਉਹਨਾਂ ਨੇ ਵੈਸੇ ਤੇ ਕੋਈ ਬਹੁਤਾ ਫਰਕ ਨਹੀਂ ਗਾ ਸਿੱਖ ਰਾਜ ਸਿੱਖ ਰਾਜ ਬਾਰੇ ਤੇ ਖਾਲਿਸਤਾਨ ਬਾਰੇ ਚਵਲਾ ਸਾਹਿਬ ਤੁਹਾਨੂੰ ਪਤਾ ਹੋਏਗਾ ਚਾਈਨਾ ਨਾਲ ਸਾਡੇ ਸਿੱਖਾਂ ਦੇ ਬੜੇ ਵਧੀਆ ਸੰਬੰਧ ਨੇ ਸਿੱਖਾਂ ਦੇ ਬਹੁਤ ਹੀ ਸੰਬੰਧ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਇੱਕ ਮੇਰੇ ਖਿਆਲ 1800 ਦੀ ਇੱਕ ਟ੍ਰੀਟੀ ਹੋਈ ਸੀ ਚਾਈਨਾ ਨਾਲ ਉਸ ਟ੍ਰੀਟੀ ਦੇ ਵਿੱਚ ਉਹਨਾਂ ਨੇ ਕਿਹਾ ਸੀ ਆਪਾਂ ਇੱਕ ਦੂਜੇ ਨਾਲ ਵਪਾਰ ਕਰਾਂਗੇ ਬਕਾਇਦਾ ਅੰਗਰੇਜ਼ਾਂ ਨੂੰ ਬੜਾ ਦੁੱਖ ਹੋਇਆ ਸੀ ਭਾਈ ਉਸ ਪਿੱਛੇ ਲੱਗ ਕੇ ਸਾਡੇ ਤੋਂ ਨਿਕਲ ਜਾ ਹਾਂ ਬੜੀ ਵੱਡੀ ਲੇਕਿਨ ਹਾਂਜੀ ਉਹ ਟ੍ਰੀਟੀ ਤੋਂ ਬਾਅਦ ਜਿਹੜਾ ਸੀ ਨਾ ਅੰਗਰੇਜ਼ ਵੀ ਕਾਫੀ ਸਰਗਰਮ ਹੋ ਗਏ ਵੀ ਸੀ ਲੇਕਿਨ ਇਹ ਸੀਗਾ ਵੀ ਜਦੋਂ ਉਹਨਾਂ ਨੇ ਸਾਡੇ ਇਲਾਕੇ ਤੇ ਕਬਜ਼ਾ ਕੀਤਾ ਜਦੋਂ ਹਿੰਦੁਸਤਾਨ ਆਜ਼ਾਦ ਹੁੰਦਾ ਬਾਅਦ ਸਾਡੇ ਇਲਾਕੇ ਤੇ ਕਬਜ਼ਾ ਕੀਤਾ ਉਹਨਾਂ ਨੇ ਬਕਾਇਦਾ ਤੌਰ ਤੇ ਜਦੋਂ 1978 ਦੇ ਵਿੱਚ ਕਿ ਨਾਸੀ ਦੇ ਵਿੱਚ ਸਾਡੇ ਵਿਦੇਸ਼ ਮੰਤਰੀ ਸਾਹਿਬ ਉੱਥੇ ਗਏ ਸੀ ਤੇ ਕੀ ਜਵਾਬ ਮਿਲਿਆ ਸੀ ਉੱਥੇ ਆਪਣੇ ਹਮਰੁਤਬਾ ਨਾਲ ਉਹਨਾਂ ਦੇ ਜਿਹੜੇ ਉਪ ਪ੍ਰਧਾਨ ਮੰਤਰੀ ਸੀ ਉਹਨਾਂ ਨੇ ਗੱਲਬਾਤ ਕੀਤੀ ਸੀ ਕੌਣ ਸੀ ਅਟਲ ਬਿਹਾਰੀ ਵਾਜਪੇਈ ਵੀ ਸਾਡਾ ਤੁਸੀਂ ਇਲਾਕਾ ਮੱਲਿਆ ਵਾ ਇਹ ਇਲਾਕਾ ਜਿਹੜਾ ਵਾ ਇਹ ਸਾਡਾ ਛੱਡੋ ਤੁਸੀਂ ਤੇ ਉਹਨਾਂ ਅੱਗੋਂ ਹੱਸ ਕੇ ਕਿਹਾ ਸੀ ਨਹੀਂ ਜੀ ਤੁਹਾਡਾ ਇਲਾਕਾ ਇਹ ਸਿੱਖ ਰਾਜ ਦਾ ਇਲਾਕਾ ਸਾਡੇ ਬੜੇ ਵਧੀਆ ਸੰਬੰਧ ਰਹੇ ਉਹਨਾਂ ਨਾਲ ਜਦੋਂ ਸਿੱਖ ਰਾਜ ਸਸਪੈਂਡ ਬਾਅਦ ਉਹ ਤੁਸੀਂ ਹੱਥ ਜੋੜ ਕੇ ਲੈਣੇ ਸਿੱਖਾਂ ਨੂੰ ਉਸ ਤੋਂ ਬਾਅਦ ਮੁੜ ਕੇ ਗੱਲ ਨਹੀਂ ਕੀਤੀ ਉਹਨਾਂ ਨੇ ਇਸ ਕਰਕੇ ਭਾਈ ਸਾਹਿਬ ਦੇ ਸਿੱਖ ਰਾਜ ਦੀ ਬਹਾਲੀ ਦੀ ਜਿਹੜਾ ਐਕਸ ਤੇ ਪਾਇਆ ਮੈਨੂੰ ਨੀ ਪਤਾ ਉਹਨਾਂ ਪਾਇਆ ਕਿਸੇ ਹੋਰ ਨੇ ਪਾਇਆ ਇਹ ਜੇ ਤਫਤੀਸ਼ ਦਾ ਵਿਸ਼ਾ ਤੇ ਕੋਖ ਕਰਨੀ ਪਊ ਬਿਲਕੁਲ ਇਹੀ ਗੱਲ ਹੈ ਕਿ ਅਸੀਂ ਵੀ ਇਹਦੀ ਪ੍ਰੋੜਤਾ ਨਹੀਂ ਕਰਦੇ ਪਰ ਜਿਹੜੀ ਇਗਜ਼ਾਮਪਲ ਆ ਗਈ ਇੱਕ ਵਾਰੀ ਉਹਦੇ ਤੇ ਯੂਥ ਨੂੰ ਸਰਚ ਮਾਰਨਾ ਬੜਾ ਜ਼ਰੂਰੀ ਹੈ ਯੂਥ ਨੂੰ ਸਰਚ ਮਾਰਨਾ ਬੜਾ ਜ਼ਰੂਰੀ ਹੈ ਆ ਜਿਹੜੇ ਪੋਡਕਾਸਟਰ ਬਣ ਜਾਂਦੇ ਨੇ ਜਣੇ ਖਣੇ ਨਾਲ ਇੰਟਰਵਿਊ ਕਰਕੇ ਅਤੇ ਬੇਇੱਜ਼ਤੀ ਕਰਾ ਕੇ ਉੱਠ ਖਲਾਉਂਦੇ ਨੇ ਆਪਣੀ ਵੀ ਬੇਇੱਜ਼ਤੀ ਕਰਾਉਂਦੇ ਨੇ ਸਿੱਖ ਕੌਮ ਦੀ ਵੀ ਬੇਇੱਜ਼ਤੀ ਕਰਾ ਲੈਂਦੇ ਨੇ ਗੁਰੂਆਂ ਦੀ ਵੀ ਬੇਇੱਜ਼ਤੀ ਕਰਾ ਲੈਂਦੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਉਹ ਦੇ ਕੇ ਉਹਨਾਂ ਨੂੰ ਸ਼ਗਨ ਜਿਹਾ ਤੋਰ ਦਿੰਦੇ ਨੇ ਮੁੜ ਕੇ ਸਾਰੀ ਕਮਿਊਨਿਟੀ ਕੌਮਾਂ ਜਿਹੜੀਆਂ ਨੇ ਉਹ ਆਪਸ ਵਿੱਚ ਸਿੰਘ ਵਸਾ ਕੇ ਅਤੇ ਫਿਰ ਸੋਸ਼ਲ ਨੈਟਵਰਕ ਮੀਡੀਆ 'ਤੇ ਪੰਗਾ ਪੈਂਦਾ ਜੇ ਤੁਸੀਂ ਕਿਸੇ ਨੂੰ ਇੰਟਰਵਿਊ ਕਰਨ ਚੱਲੇ ਹੋ ਤਾਂ ਤੁਸੀਂ ਕੁਝ ਪੱਲੇ 'ਤੇ ਬੰਨ੍ਹ ਕੇ ਜਾਓ ਲਾਂਤੀ ਹੋ ਹਾਂਜੀ ਬਿਲਕੁਲ ਪੱਲੇ ਤਾਂ ਹੋਵੇ ਤੁਹਾਡੇ ਕੁਝ ਜੇ ਅੱਜ ਉਸ ਨੌਜਵਾਨ ਦੀ ਗੱਲ ਕੀਤੀ ਕਿ ਮੇਰੀ ਮਾਂ ਹੀ ਨਹੀਂ ਗੀ ਮੈਂ ਸਿੱਖਿਆ ਅਤੇ ਇੱਕ ਹੋਰ ਵੀ ਇਗਜ਼ਾਮਪਲ ਨਾਲ ਮੈਂ ਫਿੱਟ ਕਰਦਿਆਂ ਕਿ ਤੁਹਾਨੂੰ ਪਤਾ ਕੂਕਾ ਲਹਿਰ ਦੇ ਵੇਲੇ ਕੀ ਹੋਇਆ ਸੀ ਉਹ ਵੀ ਆ ਜਾਓ ਨਾ ਫਿਰ ਕਹਿੰਦਾ ਤੋਪ ਦੇ ਅੱਗੇ ਨਹੀਂ ਆਉਂਦੇ ਨੇ ਉਹਨੇ ਉੱਚਾ ਕਰ ਲਿਆ ਆਪਣੇ ਆਪ ਨੂੰ ਸ਼ਹਾਦਤਾਂ ਦਾ ਉੱਥੇ ਬੜਾ ਵੱਡਾ ਮੁੱਲ ਆ ਮੈਂ ਉੱਧਰ ਗੱਲ ਕੀਤੀ ਸੀਗੀ ਕਿ ਆ ਚੁਪਹਿਰੇ ਕੱਟਣ ਵਾਲੇ ਜਿਹੜੇ ਗੋਲਕਾਂ ਤਾਂ ਇਹਨਾਂ ਦੀਆਂ ਭਰ ਜਾਂਦੀਆਂ ਨੇ ਇਹਨਾਂ ਨੂੰ ਪਤਾ ਹੀ ਨਹੀਂ ਕਿ ਕੌਮ ਦੇ ਵਿੱਚ ਕਿੰਨੇ ਕੁ ਸ਼ਹੀਦ ਹੋਏ ਨੇ ਉਹਨਾਂ ਦੀ ਸ਼ਹੀਦੀ ਘੱਟ ਹੈ
ਇਹ ਬਾਬਾ ਦੀਪ ਸਿੰਘ ਜੀ ਨੇ ਸਾਨੂੰ ਵਿਧੀ ਦੱਸੀ, ਇਹਨਾਂ ਦੇ ਕੰਨ 'ਚ ਆ ਕੇ ਦੱਸ ਕੇ ਗਏ ਬਾਬਾ ਦੀਪ ਸਿੰਘ ਵਿਧੀ ਵੀ ਐਵੇਂ ਨਹੀਂ ਤਾਂ ਐਵੇਂ ਕਰੋ। ਇਹ ਪਾਠ ਬੜਾ ਕਰਦੇ ਸੀ ਬਾਬਾ ਦੀਪ ਸਿੰਘ, ਉਹ ਬਾਣੀ ਦੇ ਬਹੁਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਉਹਨਾਂ ਨੂੰ ਬਾਣੀ ਕੰਠ ਨਹੀਂ ਸੀਗੀ। ਗੁਰੂ ਤੇਗ ਬਹਾਦਰ ਸਾਹਿਬ ਜਿਹਨਾਂ ਨੇ ਸ਼ਹਾਦਤ ਦਿੱਤੀ, ਤੇਗ ਦੇ ਧਨੀ ਸਨ, ਉਹ ਸਾਡੇ ਕੋਲ ਦੋ ਗੁਰੂ ਨੇ। ਹਾਂਜੀ, ਅਸੀਂ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ 11ਵਾਂ ਗੁਰੂ ਬਣਾ ਕੇ ਪੇਸ਼ ਕਰ ਰਹੇ, ਬਾਕੀ ਬੰਦੇ ਬਾਕੀ ਸ਼ਹਾਦਤਾਂ ਘੱਟ ਸੀ। ਕੋਈ ਮਾਈ ਦਾ ਲਾਲ ਜਵਾਬ ਦੇ ਨਹੀਂ ਆਇਆ ਪਤਾ, ਇੱਧਰ ਇੱਥੋਂ ਭਿਉਂ ਭਿਉਂ ਕੇ ਵੱਜਣੀਆਂ ਅੱਗੇ ਇਤਿਹਾਸ ਦੀਆਂ। ਸ਼ਹਾਦਤ ਬਾਬਾ ਦੀਪ ਸਿੰਘ ਜੀ ਨੂੰ ਸਲਿਊਟ ਕਰਦੇ ਹਾਂ, ਸਿਜਦਾ ਕਰਦੇ ਹਾਂ, ਹਾਂਜੀ ਨਤਮਸਤਕ ਹੁੰਦੇ ਹਾਂ, ਪਰ ਕੀ ਬਾਕੀ ਸ਼ਹੀਦੀਆਂ ਘੱਟ ਨੇ? ਆਹੀ ਕੀਰਤ ਰਾਏ ਦੀ ਦੇਖ ਲਓ ਤੁਸੀਂ, ਵੀ ਤਾਂ ਐਗਜ਼ਾਮਪਲ ਹੈਗੀ ਆ ਨਾ। ਜੇ ਉਹ ਬਾਬਾ ਬੰਦਾ ਸਿੰਘ ਬਹਾਦਰ ਦੇ ਵੇਲੇ ਦੇ ਉਹ ਯੋਧੇ ਦੀ ਘੱਟ ਕੁਰਬਾਨੀ ਹੈ ਦੱਸੋ, ਮੇਰੀ ਮਾਂ ਹੀ ਨਹੀਂ। ਚਲੋ ਹੁਣ ਲੋਕ ਸਰਚ ਤਾਂ ਕਰਨਗੇ ਨਾ, ਵੇਖਣਗੇ ਤਾਂ ਸਹੀ ਵੀ ਕੌਣ ਸੀ, ਕਿਵੇਂ ਕਿਸ ਤਰੀਕੇ ਨਾਲ ਸ਼ਹਾਦਤਾਂ ਹੋਈਆਂ ਸੀ, ਕੌਣ ਸੀ ਬੰਦਾ ਜਿਹਦਾ ਅੱਜ ਭਾਈ ਅੰਮ੍ਰਿਤਪਾਲ ਦੇ ਚਾਹੁਣ ਵਾਲਾ ਜਿਹੜਾ ਯੂਥ ਆ ਉਹ ਤਾਂ ਸਰਚ ਮਾਰੂਗਾ ਨਾ। ਹਾਂਜੀ ਬਿਲਕੁਲ ਜੀ ਬਿਲਕੁਲ, ਜਿਵੇਂ ਸਿੱਧੂ ਮੂਸੇਵਾਲੇ ਦਾ ਗੀਤ ਆਇਆ ਸੀਗਾ ਐਸ ਵਾਈ ਐਲ ਨਹਿਰ ਦੇ ਉੱਤੇ ਜਟਾਣੇ ਦੀ ਜ਼ਿਕਰ ਕੀਤਾ, ਤੇ ਕਿੰਨਾ ਸਰਚ ਕੀਤਾ ਗਿਆ ਉਹਨੂੰ ਵੀ ਕੌਣ ਸੀ ਉਹ। ਯੂਥ ਨੂੰ ਜਿੱਧਰ ਮਰਜ਼ੀ ਤੋੜ ਲਓ, ਯੂਥ ਨੂੰ ਤੁਸੀਂ ਜਦੋਂ ਚੰਗੇ ਪਾਸੇ ਤੋਰੋਗੇ ਤਾਂ ਚੰਗੇ ਪਾਸੇ ਤੋਰਨਗੇ। ਮੇਰੀ ਕੱਲ੍ਹ ਗੱਲ ਕੀਤੀ ਸੀ, ਬੜੇ ਵਧੀਆ ਫੋਨ ਆਏ ਮੈਨੂੰ ਕਿ ਵਾਕਈ ਮਜ਼ਾ ਆ ਜਾਂਦਾ ਤੁਹਾਡੀ ਗੱਲਬਾਤ ਸੁਣ ਕੇ ਪੱਟੀ ਸਾਹਿਬ ਨਾਲ, ਕਿ ਸੋਸ਼ਲ ਨੈਟਵਰਕ ਮੀਡੀਆ 'ਤੇ ਹਰ ਤਰ੍ਹਾਂ ਦਾ ਸਮਾਨ ਪਿਆ ਹੈ, ਤੁਸੀਂ ਕਾਂ ਬਣਨਾ ਜਾਂ ਹੰਸ ਬਣਨਾ? ਕਹਿੰਦੇ ਬੜੀ ਤਗੜੀ ਐਗਜ਼ਾਮਪਲ, ਹਾਂ ਜੀ ਹੰਸ ਬਣਨਾ, ਹੰਸ ਮੋਤੀ ਚੁਗਦਾ, ਤੁਸੀਂ ਇੱਕ ਲਿੰਕ ਖੋਲੋਗੇ ਹੰਸ ਵਾਲੇ ਪਾਸੇ ਮੋਤੀ ਤੁਰੇ ਆਉਣਗੇ, ਚੰਗੀਆਂ ਚੰਗੀਆਂ ਪੋਸਟਾਂ ਆਉਣਗੀਆਂ, ਚੰਗੀ ਚੰਗੀਆਂ ਵੀਡੀਓ ਆਉਣਗੀਆਂ, ਚੰਗੀ ਚੰਗੀ ਇਨਫੋਰਮੇਸ਼ਨ ਆਊਗੀ। ਇੱਧਰ ਬੈਠਾ ਕਾਂ ਗੰਦ 'ਚ ਮੂੰਹ ਮਾਰਦਾ, ਉਹ ਸੂਰਾਂ ਵਾਲਾ ਕੰਮ ਆ ਉਹਦਾ, ਅਤੇ ਫਿਰ ਉਹੀ ਕੰਮ ਸਾਰਾ ਆਉਣਾ, ਗਾਂਧੀ ਤੁਰਿਆ ਆਉਣਾ, ਗਾਂਧੀ ਤੁਰਿਆ ਆਉਣਾ, ਗਾਂਧੀ ਤੁਰਿਆ ਆਉਣਾ। ਇਹ ਤੁਹਾਡਾ, ਜਿੱਥੇ ਮਰਜ਼ੀ ਸਰਚ ਮਾਰ ਲਓ, ਹੰਸ ਚੁਗਣੇ ਨੇ ਹੰਸ ਚੁ ਮੋਤੀ ਚੁਗਣੇ ਨੇ ਹੰਸ ਬਣ ਜਾਓ, ਜੇ ਗੰਦ 'ਚ ਚੁੰਝ ਮਾਰਨੀ ਤਾਂ ਫਿਰ ਗੰਦ ਕਰ ਲਓ, ਕਾਂ ਬਣ ਜਾਓ। ਚਲੋ 905-813-1320 ਪੰਜਾਬ ਦੇ ਰਾਜਪਾਲ ਜਨਾਬ ਬਨਵਾਰੀ ਲਾਲ ਪੁਰੋਹਿਤ ਲੁਧਿਆਣਾ ਵਿਖੇ ਸ਼ਿਵ ਸੈਨਾ ਆਗੂ ਦਾ ਹਾਲ ਚਾਲ ਪੁੱਛਣ ਪੁੱਜੇ ਨੇ, ਪਰਿਵਾਰ ਨੇ ਮਿਲ ਤੋਂ ਕੀਤਾ ਇਨਕਾਰ, ਬਿਰੰਗ ਪਰਤੇ ਨੇ ਜਨਾਬ, ਬਿਰੰਗ ਪਰਤਣ ਦਾ ਕਾਰਨ ਕੀ, ਕਿਉਂ ਇਨਕਾਰ ਕੀਤਾ ਉਹਨਾਂ ਨੇ? ਬਰਵਾਰੀ ਨਾਲ ਪੁਰੋਹਿਤ ਪੰਜਾਬ ਦੇ ਰਾਜਪਾਲ ਸ਼ਪੈਰ ਸਿੰਘ ਲੁਧਿਆਣੇ ਸੰਦੀਪ ਜਿਹੜਾ ਹੈਗਾ ਉਹ ਮੁੰਡਾ ਜਿੱਥੇ ਅਟੈਕ ਹੋਇਆ ਸੀਗਾ, ਸੰਦੀਪ ਥਾਪਰ, ਸੰਦੀਪ ਥਾਪਰ ਉਹਦਾ ਨਾਂ ਹੈ, ਤੇ ਉਹਨੂੰ ਬਕਾਇਦਾ ਤੌਰ ਤੇ ਸੁਖਦੇਵ ਥਾਪਰ ਨਜੋੜਿਆ ਜਾ ਰਿਹਾ, ਜਿਹੜੇ ਸਰਦਾਰ ਭਗਤ ਸਿੰਘ ਦੇ ਸਾਥੀ ਹੈ, ਤੇ ਉਹਨਾਂ ਦੀ ਅੰਸ਼ ਵੰਸ਼ ਵਿੱਚ ਉਹਨਾਂ ਦੇ ਰਿਸ਼ਤੇਦਾਰ ਨੇ। ਪਰ ਜਿਹੜੀ ਆਪਾਂ ਅੱਗੇ ਗੱਲ ਕੀਤੀ ਝੱਬੂ ਪਾਉਣ ਵਾਲੀ, ਉਹਨੂੰ ਕਿਹਾ ਝੱਬੂ ਪਾ ਲਓ ਸਭ ਠੀਕ ਹੋ ਜਾਊਗਾ, ਉਹ ਵੀ ਗੱਲ ਕੁਛ ਹੱਦ ਤੱਕ ਠੀਕ ਸੀ, ਸਾਡੀ ਨਹੀਂ ਦੱਸ। ਖੈਰ ਚਲੋ ਅਸੀਂ ਸਕਦੇ ਨੀ, ਜਿਸ ਤਰੀਕੇ ਨਾਲ ਅਟੈਕ ਕੀਤਾ ਗਿਆ ਨਹੀਂ ਸੀ ਕਰਨਾ ਚਾਹੀਦਾ, ਉਹਨਾਂ ਵਿਚਾਰਾਂ ਦੀ ਗੱਲ ਵਿਚਾਰਾਂ ਦੇ ਰੱਖੋ, ਜੇ ਉਹਦੇ ਤੇ ਵਿਚਾਰਾਂ ਦੇ ਵਿਚਾਰੇ ਲੜਦੇ ਤੇ ਕੁਛ ਹੋਰ ਨਿਕਲਦਾ। ਦੇਖੋ ਇੱਕ ਛੋਟਾ ਜਿਹਾ ਲੀਡਰ ਹੁੰਦਾ ਇਹਨਾਂ ਦਾ ਸ਼ਿਵ ਸੈਨਾ ਦਾ, ਉਹ ਇੱਕ ਬਿਆਨ ਦਿੰਦਾ ਵਾ ਸਿੱਖਾਂ ਦੇ ਖਿਲਾਫ ਅੱਗੋਂ ਰਿਐਕਟ ਕਰ ਦਿੰਦਾ, ਤੇ ਉਹਨੂੰ ਘੱਟੋ ਘੱਟ 5 ਬੰਦੇ ਦੀ ਸਿਕਿਉਰਿਟੀ ਮਿਲ ਜਾਂਦੀ। ਬਿਲਕੁਲ ਸਹੀ ਕਿਹਾ, ਸਾਡੀ ਅੱਜ 70,000 ਜਿਹੜੀ ਫੋਰਸ ਹੈ ਉਹ ਬਕਾਇਦਾ ਤੌਰ ਤੇ 70% ਫੋਰਸ ਜਿਹੜੀ ਹੈ ਸਾਡੀ ਬਕਾਇਦਾ ਤੌਰ ਤੇ ਸਿਰਫ ਵੱਖ ਵੱਖ ਲੀਡਰਾਂ ਦੇ ਸਿਕਿਉਰਿਟੀ ਵਾਸਤੇ ਲੱਗੀ।
ਸਿਰਫ ਜਿਹੜੀ 10% ਫੋਰਸ ਆ ਉਹ ਸਾਡੀ ਜਿਹੜੇ ਰੋਜ਼ ਧਰਨੇ ਹੁੰਦੇ ਮਜ਼ਾਰੇ ਹੁੰਦੇ ਉਹਨਾਂ ਦੀ ਸੁਰੱਖਿਆ ਵਾਸਤੇ ਲੱਗੀ। 12% ਜਿਹੜੀ ਸਿਕਿਉਰਿਟੀ ਸਾਡੀ ਹੈਗੀ ਹੈ 12% ਸਿਰਫ 12% ਉਹ ਥਾਣਿਆਂ ਚ ਲੱਗੀ ਲੋਕਾਂ ਦੇ ਮਸਲੇ ਲਗਾਉਣ ਦੇ। ਜਿਹੜੀ 8% ਸਿਕਿਉਰਿਟੀ ਉਹ ਰਿਜ਼ਰਵ ਖਾਤੇ ਚ ਆਉਂਦੀ ਹੈ। ਹੁਣ ਤੁਸੀਂ ਆਪ ਸਮਝੋ ਤੇ 12% ਕੀ ਕਰੂਗੀ। 70% ਸਿਕਿਉਰਿਟੀ ਮੈਂ ਨੀ ਕਿਹਾ ਜਾਂਦਾ ਆਪਣੇ ਡਾਟੇ ਆ, 70% ਸਿਕਿਉਰਿਟੀ ਜੇ ਸਾਡੇ ਇਹਨਾਂ ਲੀਡਰਾਂ ਦੀ ਸਿਕਿਉਰਿਟੀ ਲੱਗੇ ਤੇ ਕਿਉਂ ਇਹੋ ਜਿਹੇ ਕੰਮ ਕਰਨ। ਜਿਹੜਾ ਸਾਡਾ ਫਲਸਫਾ ਨਾ, ਸਾਡਾ ਫਲਸਫਾ ਇੱਥੋਂ ਦਾ ਜੇ ਅਸੀਂ ਕਹਿ ਦਈਏ ਨਾ ਵੀ ਪੰਜਾਬੀ ਸੱਭਿਆਚਾਰ ਦੀ ਪਹਿਲੀ ਕਿਰਨ ਪੰਜਾਬ ਤੋਂ ਜਿਹੜੀ ਸੀ ਉਹ ਪੈਦਾ ਹੋਈ ਸੀਗੀ ਤੇ ਕੋਈ ਅਤਕਥ ਨਹੀਂ। ਜਿੰਨੇ ਵੇਦ ਲਿਖੇ ਗਏ ਪੰਜਾਬ ਚ ਲਿਖੇ ਗਏ ਜੀ, ਦਰਿਆਵਾਂ ਦੇ ਕੰਢੇ ਤੇ ਬਹਿ ਕੇ ਲਿਖੇ ਗਏ। ਦਰਿਆਵਾਂ ਦੀ ਆਪਣੀ ਮਹੱਤਤਾ, ਵੇਦਾਂ ਦੀ ਆਪਣੀ ਮਹੱਤਤਾ ਤੇ ਸੱਭਿਆਚਾਰ ਦੀ ਆਪਣੀ ਮਹੱਤਤਾ ਲਿਖੀ। ਸੱਭਿਆਚਾਰ ਨੂੰ ਉਹਨਾਂ ਵੇਦਾਂ ਨੂੰ ਸਾਰਿਆਂ ਨੂੰ ਗੰਧਲਾ ਕਰੇ ਰੱਖਦਾ। ਚਾਹੀਦਾ ਸਾਨੂੰ ਇਹ ਆ ਵੀ ਉਹਨਾਂ ਦੇ ਸੰਦਰਭ ਦੇ ਵਿੱਚ ਉਹਨਾਂ ਦੀ ਜਿਹੜੀ ਸਾਨੂੰ ਅਗਵਾਈ ਕਰਦੇ ਉੱਥੇ ਉਹਦੇ ਮੁਤਾਬਕ ਚੱਲੀਏ। ਸਾਨੂੰ ਕਿਸੇ ਵੀ ਪੈਰੋਕਾਰ ਨੇ ਸਾਨੂੰ ਹਿੰਸਾ ਦਾ ਅੱਜ ਤੱਕ ਜਿਹੜਾ ਵਾ ਉਹ ਇਹ ਨਹੀਂ ਕਿਹਾ ਹਿੰਸਾ ਕਰਦਾ। ਬਿਲਕੁਲ ਬਿਲਕੁਲ ਕਿਸੇ ਨੇ। ਮੈਨੂੰ ਤੇ ਥੋੜਾ ਜਿਹਾ ਦੁੱਖ ਵੀ ਆ, ਅਭੈ ਮੁੰਦਰਾ SGP ਸੀ ਕਹਿੰਦੀ ਅਭੈ ਮੁੰਦਰਾ ਰਾਹੁਲ ਗਾਂਧੀ ਫੋਟੋ ਪਾ ਕੇ ਸਾਡੀ ਉਲੰਘਣਾ ਕੀਤੀ। ਪਰ SGP ਨੂੰ ਪੁੱਛਿਆ ਜਾਵੇ ਫੋਟੋ ਬਣਾਈ ਕਹਿੰਦੇ ਰਾਹੁਲ ਗਾਂਧੀ ਆਪਣੇ ਘਰ ਤੇ ਬਣਾਈ ਨੀ ਬਈ ਬਣਾਈ ਨੀ ਬਿਲਕੁਲ ਸਹੀ ਤੁਸੀਂ ਕਿਹਾ ਬਿਲਕੁਲ। ਇਹੋ ਜਿਹੀ ਫੋਟੋ ਤੁਹਾਡੇ ਗੁਰਦੁਆਰੇ ਚ ਲੱਗੀਆਂ, ਤੁਹਾਡੇ ਅਦਾਰੇ ਦੇ ਸਾਹਮਣੇ ਵਿਕਦੀਆਂ, ਤੁਹਾਡੇ ਮੁਲਾਜ਼ਮਾਂ ਦੇ ਘਰੇ ਚ ਲੱਗੀਆਂ ਨੇ, ਲੀਡਰਾਂ ਦੇ ਘਰੇ ਚ ਲੱਗੀਆਂ, ਉਦੋਂ ਤੁਸੀਂ ਬੋਲੇ ਨੀ। ਸਿਰਫ ਇੱਕ ਗੱਲ ਵੀ ਸਿਆਸੀ ਤੇ ਵਿਰੋਧ ਹੀ ਕਰਨਾ ਆਪਾਂ। ਅਭੈ ਮੁੰਦਰਾ ਦਾ ਮਤਲਬ ਕੀ? ਅਭੈ ਫਾਰਸੀ ਦਾ ਸ਼ਬਦ ਆ ਜਿਹਦਾ ਮਤਲਬ ਨਿਰਭਾਓ, ਮੁੰਦਰਾ ਤਰੀਕਾ। ਕਿਸੇ ਵੀ ਗੁਰੂ ਮਹਾਰਾਜ ਨੇ ਕਿਹਾ ਵੀ ਅਭੈ ਮੁੰਦਰਾ ਨਿਰਭਾਓ ਹੋ ਕੇ, ਉਹਨੇ ਇਹ ਗੱਲ ਕਹੀ ਨਾ ਵੀ ਨਿਰਭਾਓ ਰਹੇ ਨੇ। ਉਹਨਾਂ ਕਿਸੇ ਦਾ ਵੈਰ ਨੀ ਕਮਾਇਆ, ਕਿਸੇ ਤੇ ਹਮਲਾ ਨੀ ਕੀਤਾ ਉਹਨਾਂ ਨੂੰ, ਉਹ ਹਿੰਸਾ ਦੇ ਪਜਾਰੀ ਰਹੇ ਨੇ। ਭਾਵੇਂ ਗੁਰੂ ਨਾਨਕ ਪਾਤਸ਼ਾਹ ਵੀ, ਭਾਵੇਂ ਸ਼ਿਵਜੀ, ਜਿਹਦੀ ਵੀ ਗੱਲ ਕੀਤੀ ਉਹਨਾਂ ਨੇ। ਇਸ ਕਰਕੇ SGP ਨੂੰ ਉੱਥੇ ਚਾਹੀਦਾ ਸੀ ਵੀ ਭਾਈ ਪਹਿਲਾਂ ਘੋ ਕਰੋ ਵੀ ਫੋਟੋ ਬਣੀ ਕਿਉਂ। ਤੁਸੀਂ ਗੱਲ ਕੀਤੀ ਬਾਬਾ ਦੀਪ ਸਿੰਘ ਸ਼ਹੀਦ ਦੀ, ਬਿਲਕੁਲ ਕਿਉਂਕਿ ਉੱਥੇ ਮੂਰਤੀ ਪੂਜਾ ਦਰਬਾਰ ਸਾਹਿਬ ਦੀ ਪ੍ਰਕਰਮਾ ਚ ਹੋ ਰਹੀ ਅੱਜ ਵੀ। ਹਾਂ ਬਿਲਕੁਲ, ਉੱਥੇ ਆਪਾਂ ਨੂੰ ਰਾਹੁਲ ਗਾਂਧੀ ਦਿਸ ਗਿਆ, ਅਸੀਂ ਰਾਹੁਲ ਦੇ ਸਪੋਰਟਰ ਨਹੀਂ ਹੈਗੇ। ਜੋ ਕਾਂਗਰਸ ਕੀਤਾ ਗਲਤ ਕੀਤਾ, ਅਸੀਂ ਪੂਰੀ ਨਿੰਦਾ ਕਰਦੇ ਹੋ ਉਹਦੀ। ਲੇਕਿਨ ਜਿਹੜੀ ਮੂਰਤੀ ਪਈ ਤੁਸੀਂ ਗੱਲ ਕਰਦੇ, ਜਿਹੜੀ ਪ੍ਰਕਰਮਾ ਚ ਹੋ ਰਹੀ ਉਹ ਕਿਉਂ ਹੋ ਰਹੀ ਹੈ? ਜਿਹੜਾ ਤੁਸੀਂ ਬਾਬਾ ਦੀਪ ਸਿੰਘ ਦਾ ਸੀਸ ਲੱਥਾ ਵਿਖਾ ਰਹੇ ਹੋ, ਕਿਵੇਂ ਵਿਖਾ ਰਹੇ ਹੋ ਦੱਸ? ਟੈਕਨੀਕਲ ਤੁਹਾਨੂੰ ਵਿਖਾ ਰਹੇ? ਬਿਲਕੁਲ ਬਿਲਕੁਲ, ਕਿੰਨੀ ਪੱਟੀ ਸਾਹਿਬ ਕਿੰਨੀ ਹਾਸੋਹੀਣੀ ਗੱਲ ਹੈ। ਜਿੱਥੇ ਬਾਬਾ ਦੀਪ ਸਿੰਘ, ਜਿੱਥੇ ਟੈਂਕ ਆਇਆ 1984, ਉੱਥੇ ਕਹਿੰਦੇ ਟੈਂਕ ਨਹੀਂ ਅੱਗੇ ਗਿਆ, ਉਹ ਟੈਂਕ ਦੇ ਤੇ ਚਲੋ ਸਾਰਿਆਂ ਨੇ ਦਰਸ਼ਨ ਕੀਤੇ, ਉਦੋਂ ਤੱਕ ਮੂਵ ਨਹੀਂ ਸੀ ਹੋਇਆ ਜਦੋਂ ਤੱਕ ਪਬਲਿਕ ਆਮ ਤੌਰ 'ਤੇ ਜਦੋਂ ਟਾਮੀ ਸ਼ੁਰੂ ਕਰ ਦਿੱਤੀ ਸੀਗੀ ਇਹਨਾਂ ਨੇ ਪਾਸ ਵਗੈਰਾ ਵੇਖਣੇ, ਹੈ ਨਾ, ਉਦੋਂ ਜਾਂਦੇ ਸੀ, ਉਦੋਂ ਇਹਦੀ ਮੁਸ਼ਕਲਾਂ ਹੀ ਕੱਢਿਆ ਸੀ। ਅੱਛਾ ਚਲੋ, ਉਹ ਉਸ ਜਗ੍ਹਾ 'ਤੇ ਮਤਲਬ ਬਾਬਾ ਦੀਪ ਸਿੰਘ ਜੀ ਦੀ ਤਸਵੀਰ 'ਤੇ ਉੱਥੇ ਗੋਲਕ ਵੀ ਰੱਖੀ ਹੋਈ ਆ, ਹੈ ਨਾ, ਮੱਥਾ ਵੀ ਉੱਥੇ, ਇਤਿਹਾਸ ਵੀ ਲਿਖਿਆ ਹੋਇਆ, ਅਤੇ ਉੱਥੋਂ ਕਿੰਨੀ ਕੁ ਮੀਟਰ ਦੀ, ਮੈਂ 500 ਮੀਟਰ ਦੂਰੀ 'ਤੇ ਅਕਾਲ ਤਖ਼ਤ ਸਾਹਿਬ ਆ, 500 ਵੀ ਨਹੀਂ ਹੋਣਾ, ਉਹਦੇ ਵੀ ਘੱਟ ਹੈ ਜੀ, ਘੱਟ 500 ਮੀਟਰ ਦੀ ਦੂਰੀ 'ਤੇ, ਤਾਂ ਕਿੰਨੀ ਕਿੰਨੀ ਤੁਹੀਨ ਹੋ ਰਹੀ ਆ ਤੁਹਾਡੀ ਜਿਹੜੀ ਰਹਿਤ ਮਰਿਆਦਾ ਵਾ, ਅਜਿਹੇ ਅਕਾਲ ਤਖ਼ਤ ਸਾਹਿਬ ਦੀ ਰਹਿਤ ਮਰਿਆਦਾ ਨੂੰ ਤੁਹਾਡੇ ਆਪਣੇ
ਜਿੱਥੇ ਤੁਹਾਡਾ ਮੇਨ ਜਗ੍ਹਾ ਮੱਕਾ ਜਿਹਨੂੰ ਆਪਾਂ ਕਹਿੰਦੇ ਸਾਡਾ ਸਿੱਖਾਂ ਦਾ ਸਭ ਤੋਂ ਸਰਵੋਤ, ਉੱਥੋਂ ਹੀ ਕ੍ਰਿਤੀਆਂ ਕਿੰਨੀਆਂ ਕ੍ਰਿਤੀਆਂ ਹੋਰ ਗਿਣਾਈਆਂ ਸ਼ਹਿਰ ਪੱਟੀ ਸਾਹਿਬ ਆਪਾਂ ਅੱਗੇ ਵੱਧਦੇ ਹਾਂ, ਆਪਾਂ ਹੋਰ ਗੱਲ ਕਰ ਲਈਏ, ਸਮਾਂ ਆਪਣੇ ਕੋਲ ਬੜਾ ਕੀਮਤੀ ਹੈ ਨਾ। ਇਹ ਕਿਹੜਾ ਨੋਟਸ ਗੱਲ ਬਾਅਦ ਮੈਨੂੰ ਨਾ ਹਰਿੰਦਰ ਸਿੰਘ ਸਰਨਾ ਦਾ ਫੋਨ ਹੁੰਦਾ ਇੱਕ ਵਾਰੀ, ਆਪਣਾ ਪ੍ਰੋਗਰਾਮ ਸੁਣਿਆ ਉਹਨਾਂ ਨੇ, ਉਹ ਮੈਨੂੰ ਫੋਨ ਕਰਦੇ ਨੇ ਜੀ, ਮੈਨੂੰ ਕਹਿੰਦੇ ਪੱਟੀ ਸਾਹਿਬ ਤੁਸੀਂ ਅੱਜ ਸਾਡੇ ਵਾਕਈ ਦੱਸ ਦਿੱਤਾ ਗੱਲ ਵੀ ਬਾਬਾ ਦੀਪ ਸਿੰਘ ਦੀ ਸ਼ਹਾਦਤ ਕਿਵੇਂ। ਕਹਿੰਦਾ ਇੱਕ ਕਾਲ ਤਖ਼ਤ ਦਾ ਜਥੇਦਾਰ ਵੀ ਸਾਨੂੰ ਝੂਠ ਦੱਸਦਾ ਰਿਹਾ ਵੀ ਇੱਥੋਂ ਬਾਬਾ ਜੀ ਆਪਣਾ ਸੀਸ ਸੁੱਟਿਆ ਜੀ, ਉਹ ਜਾ ਕੇ ਚਾਚੀ ਵੀ ਨਿੱਘਾ ਜੀ ਮੁੜ ਕੇ ਉੱਥੇ ਗੁਰਦੁਆਰਾ ਬਣ ਗਿਆ। ਮੈਂ ਕਿਹਾ ਨਹੀਂ, ਜਿਹੜੀ ਗੱਲ ਆਪਾਂ ਵਿਸਤਾਰ ਦੱਸੀ ਉਹਨਾਂ ਦੇ ਮੰਨਣ ਅੰਦਰ ਆਈ, ਕਹਿੰਦੇ ਇਹ ਸੀ ਬਿਲਕੁਲ ਬਿਲਕੁਲ। ਉਹਦਾ ਅੱਜ ਤੱਕ ਐਸਡੀਪੀਸੀ ਨੇ ਵਿਰੋਧ ਨਹੀਂ ਕੀਤਾ ਸਾਡੀ ਗੱਲ ਦਾ, ਅੱਜ ਤੱਕ ਸਾਡੇ ਪ੍ਰੋਗਰਾਮ ਸੁਣਦੇ ਨੇ, ਕਦੇ ਵਿਰੋਧ ਨਹੀਂ ਕੀਤਾ ਉਹਨਾਂ, ਕਹਿੰਦੇ ਠੀਕ ਆ। ਲੇਕਿਨ ਹੁਣ ਉਹਨਾਂ ਦੀ ਦੁਕਾਨਦਾਰੀ ਚੱਲੀ ਜਾਣਗੇ ਕੀ ਫਰਕ ਪੈਂਦਾ? ਮਸਲਾ ਤੇ ਗੋਲ ਕਦਾ ਆ, ਮਸਲਾ ਤੇ ਦੁਕਾਨਦਾਰੀ ਦਾ, ਮਸਲਾ ਤੇ ਇਹੀ ਆ ਨਾ ਵੀ ਸਿੱਖੀ ਪਰੰਪਰਾਵਾਂ ਮਰਿਆਦਾਵਾਂ ਜਿਹੜੀਆਂ ਨੇ ਉਹ ਕਿੱਥੇ ਆ, ਜਿਹੜੇ ਹੁਣ ਚਲੋ ਜਿਹਨੂੰ ਵੀ ਨਿਹੰਗ ਸਿੰਘ ਆਏ ਨੇ, ਨਿਹੰਗ ਸਿੰਘਾਂ ਨੇ ਸੱਟ ਲਾਈ ਆ, ਮਾੜੀ ਗੱਲ ਆ, ਤੁਸੀਂ ਵਿਚਾਰਾਂ ਦੀ ਚਰਚਾ ਕਰੋ ਜਿਵੇਂ ਆਪਾਂ ਕਰਦੇ ਹਾਂ। ਚੈਲੰਜ ਕੀਤਾ ਸੀ ਕਿ ਬਾਬਾ ਦੀਪ ਸਿੰਘ ਜੀ ਦੀ ਮਤਲਬ ਲੈ ਕੇ ਜਿਹੜਾ ਚੁਪਹਿਰਾ ਕੱਟਦੇ, ਕੋਈ ਤੱਥਾਂ ਦੇ ਆਧਾਰ 'ਤੇ ਆਇਓ, ਹਵਾ 'ਚ ਤੀਰ ਛੱਡਣ ਵਾਲੇ ਨਹੀਂ, ਤੱਥਾਂ ਦੇ ਆਧਾਰ 'ਤੇ ਆ ਕੇ ਸਾਹਮਣੇ ਬੈਠ ਕੇ ਗੱਲ ਕਰਿਓ। ਮੈਂ ਇੱਦਾਂ ਹੀ ਬਹਿਗਾ ਖਾਲੀ ਹੱਥਾਂ ਦੇ ਨਾਲ, ਕੋਈ ਕਿਤਾਬ ਨਹੀਂ ਪੜੂੰਗਾ, ਜਵਾਬ ਦੇਈ ਚੱਲਿਓ, ਸਵਾਲ ਸੁਣ ਲਿਓ, ਜਵਾਬ ਦੇਈ ਚੱਲਿਓ। ਅੱਛਾ, ਜਿਹੜੀ ਜਿਹੜੀ ਆਪਾਂ ਗੱਲ ਕੀਤੀ ਸੀਗੀ ਕਿ ਬਾਕੀ ਸ਼ਹਾਦਤਾਂ ਘੱਟ, ਜਿਹੜੀ ਰਾਜਪਾਲ ਦੀ ਗੱਲ ਕੀਤੀ ਉਹ ਪੂਰੀ ਕਰਦੇ ਜੀ ਜੀ। ਰਾਜਪਾਲ ਲੁਧਿਆਣੇ ਤੋਂ ਚੰਡੀਗੜ੍ਹ ਤੋਂ ਸਪੈਸ਼ਲ ਆਏ ਨੇ ਉਹਦਾ ਪਤਾ ਲੈਣ ਦਾ ਜੀ, ਆ ਕੇ ਸਰਕਟ ਹਾਊਸ 'ਚ ਬੈਠ ਕੇ ਨੇ, ਤੇ ਉਹ ਬੰਦਾ ਡੀਐਮਸੀ ਦੇ ਵਿੱਚ ਜੇਰੇ ਲਾ ਸਕਤਾ ਕਾਫੀ ਨੇ, ਛੱਡੇ ਕਲੱਤ ਵੀ ਟੁੱਟੀ ਉਹਦੀ, ਸੱਤਾ ਕਾਫੀ ਹੋਣ ਤੋਂ ਬਾਅਦ ਉਹਨਾਂ ਨੇ ਉਹਨਾਂ ਦੇ ਪਰਿਵਾਰ ਨੂੰ ਬੁਲਾਇਆ, ਉਹਨਾਂ ਦੀ ਪਤਨੀ ਨੂੰ ਬੁਲਾਇਆ ਕਿ ਮੈਂ ਸਰਕਟ ਹਾਊਸ ਬੈਠਾ, ਤੁਸੀਂ ਆ ਕੇ ਮਿਲੋ, ਇੱਥੇ ਆ ਕੇ ਭਾਵੇਂ ਵਿਚਾਰ ਚਿੰਤਾ ਕਰ। ਉਹਨਾਂ ਦੀ ਪਤਨੀ ਤੇ ਪਰਿਵਾਰ ਵਾਲਿਆਂ ਟੋਟਲੀ ਕਹਿਤਾ ਵੀ ਅਸੀਂ ਤੁਹਾਡੇ ਕੋਲ ਇਹਨੂੰ ਛੱਡ ਕੇ ਨਹੀਂ ਆ ਸਕਦੇ ਜੇ ਤੁਸੀਂ ਇੱਥੇ ਆਉਣਾ ਧਿਆਨ। ਹੌਸਲਾ ਕੋਈ ਪ੍ਰੋਟੋਕੋਲ ਹੋਵੇ, ਇਹ ਉੱਥੇ ਨਹੀਂ ਗਏ, ਉੱਥੋਂ ਬਿਰੰਗ ਵਾਪਸ ਮੁੜੇ ਨੇ। ਹੁਣ ਇਹ 'ਚ ਦੋ ਗੱਲਾਂ ਹੋਰ ਨੇ, ਤੁਹਾਨੂੰ ਪਤਾ ਹੋਏ ਜਿਹੜੇ ਕਮਿਸ਼ਨ ਲਾਏ ਗਏ ਨੇ ਕੁਲਦੀਪ ਸਿੰਘ ਚਾਹਲ ਉੱਥੇ ਲਾਏ ਗਏ ਨੇ, ਇਹ SST ਹੁੰਦੇ ਸੀ ਚੰਡੀਗੜ੍ਹ ਦੇ, ਉਦੋਂ ਬਕਾਇਦਾ ਤੇ ਸਿੰਘ ਫਸ ਗਏ ਸੀ ਇਹਨਾਂ ਦੇ ਗਵਰਨਰ ਦੇ ਨਾਲ, ਸਮੇਂ ਤੋਂ ਪਹਿਲਾਂ ਗਵਰਨਰ ਦੇ ਆਰਡਰ ਤੇ ਇਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ ਸੀ, ਤੇ ਚੁੱਕ ਕੇ ਮਾਨ ਨੇ ਇਮੀਡੀਏਟਲੀ ਨੂੰ ਜਲੰਧਰ ਦਾ ਲਾਤਾ ਸੀ ਕਮਿਸ਼ਨ ਦਾ, ਲੈ ਤੂੰ ਲਾਤਾ ਹੀ ਅਸੀਂ। ਜਦੋਂ ਇੱਕ ਵਾਰੀ PAP ਗਰਾਊਂਡ ਦੇ ਵਿੱਚ ਪ੍ਰੋਗਰਾਮ ਸੀਗਾ ਗਵਰਨਰ ਦਾ, ਤੇ ਬਕਾਇਦਾ ਤੌਰ ਤੇ ਇਹ ਕਮਿਸ਼ਨਰ ਜਿਹੜਾ ਸੀ ਛੁੱਟੀ ਲੈ ਕੇ ਚਲਾ ਗਿਆ ਸੀ, ਮੈਂ ਇਹਦੇ ਮੱਥੇ ਨਹੀਂ ਲੱਗਦਾ। ਉਸ ਤੋਂ ਬਾਅਦ ਜਿਹੜੇ ਸਾਡੇ ਆਪਣੇ ਗੁਰਨ ਸਾਹਿਬ ਜੀ ਨੇ ਲਿਖਿਆ ਸੀ ਵੀ ਇਹਦੀ CB ਜਾਂਚ ਹੋਵੇ ਜਿਹੜੀ ਇਹਨੇ ਮੇਰੀ ਤੁਹੀਨ ਕੀਤੀ ਆ, ਉਹ ਸੀਜਨ ਕਿੱਥੇ ਸਾਨੂੰ ਨੀ ਪਤਾ। ਲੇਕਿਨ ਕੱਲ ਫਿਰ ਉਹਨਾਂ ਨੇ ਅਫਸਰਾਂ ਨੂੰ ਬੁਲਾਇਆ, ਕਮਿਸ਼ਨ ਨੂੰ ਬੁਲਾਇਆ, ਉਹਨਾਂ ਨੂੰ ਮਿਲ ਕੇ ਉੱਥੋਂ ਸਰਕਟ ਉਸ ਵਾਪਸ ਆ ਗਏ। ਲੇਕਿਨ ਉਹ ਜਿਹੜੇ ਸੰਦੀਪ ਥਾਪਰ ਸੀ ਉਹਨਾਂ ਦਾ ਪਤਾ ਲੈਣ ਵਾਸਤੇ ਬਿਲਕੁਲ ਨਹੀਂ ਗਏ ਉੱਥੇ ਆਪਣੇ ਹੋਸਪਿਟਲ ਦੇ ਵਿੱਚ, ਤੇ ਇਹ ਗੱਲ ਕਹੀ ਵੀ ਹੁਣ ਮੈਂ ਕੇਸ ਆਪਣੇ ਹੱਥ 'ਚ ਲੈ ਲਿਆ। ਹੁਣ ਇੱਥੇ ਵੀ ਇੱਕ ਨੁਕਤਾ ਹੈ, ਪਹਿਲਾਂ ਵੀ ਸਿੰਘ ਫਸੇ ਰਹੇ ਮੁੱਖ ਮੰਤਰੀ ਤੇ ਇਹਨਾਂ ਦੇ, ਜਿਹੜਾ ਗਵਰਨਰ ਉਹ ਸਟੇਟ ਦਾ ਮੁਖੀ ਤੇ ਸਰਕਾਰ ਦਾ ਮੁਖੀ ਬਕਾਇਦਾ ਤੌਰ ਤੇ ਮੁੱਖ ਮੰਤਰੀ ਹੁੰਦਾ,
ਇਹ ਮੁੱਖ ਮੰਤਰੀ ਦੀ ਰਿਸਪੋਂਸੀਬਿਲਟੀ ਲਾ ਐਂਡ ਆਰਡਰ ਦੀ ਤੁਹਾਡੀ, ਜੇ ਤੁਸੀਂ ਉਹਨਾਂ ਨੂੰ ਡੀਓਐਸਟ ਕਰ ਸਕਦੇ ਜਵਾਬ ਦੇ ਉੱਤੋਂ ਜਵਾਬ ਦੇਣਗੇ। ਕੈਪਟਨ ਅਮਰਿੰਦਰ ਸਿੰਘ ਦੇ ਟਾਈਮ ਤੇ ਇੱਕ ਵਾਰੀ ਚੀਫ ਸੈਕਟਰੀ ਨੂੰ ਤੇ ਡੀਜੀਪੀ ਨੂੰ ਬੁਲਾ ਲਿਆ ਸੀ ਇਹਨਾਂ ਆਪਣਿਆਂ ਨੇ, ਗਵਰਨਰ ਸਾਹਿਬ ਨੇ, ਉਹ ਚਲੇ ਗਏ। ਅਗਲੇ ਦਿਨ ਡੀਓ ਲੈਟਰ ਬੜਾ ਸਖ਼ਤ ਲਿਖਿਆ ਸੀ ਕੈਪਟਨ ਅਮਰਿੰਦਰ ਸਿੰਘ ਨੇ, ਗਵਰਨਰ ਸਾਹਿਬ ਸਰਕਾਰ ਮੇਰੀ ਹੈ, ਇਹ ਲੋਕ ਮੇਰੇ ਅਧੀਨ ਹੈ, ਮੈਨੂੰ ਪੁੱਛੋ ਜਿਹੜੀ ਗੱਲ ਪੁੱਛਣੀ ਤੁਸੀਂ। ਤੇ ਨਾਲ ਇਹ ਆਰਡਰ ਕਰਦੇ ਸੀ ਲਿਖਤੀ ਪੜ੍ਹਦੀ ਵੀ ਇਸ ਤੋਂ ਬਾਅਦ ਕੋਈ ਵੀ ਅਫਸਰ ਗਵਰਨਰ ਦੇ ਕੋਲੇ ਸਰਕਾਰ ਦੇ ਪੁੱਛਿਆ ਬਗੈਰ ਬਿਲਕੁਲ ਨਹੀਂ ਜਾਏ। ਹੁਣ ਇਹਨਾਂ ਦੇ ਸਿੰਘ ਫਸੇ ਉਹਦੇ ਕਰਕੇ ਜਾਂ ਕੋਈ ਇਹ ਨਹੀਂ ਪਤਾ ਕੀ ਹੈ, ਲੇਕਿਨ ਗਵਰਨਰ ਸਾਹਿਬ ਜਿਹੜੇ ਆ ਉਹਦਾ ਪਤਾ ਲੈ ਤੇ ਬਗੈਰ ਜਿਹੜੇ ਸੀ ਆਪਣੇ ਬਕਾਇਆ ਤੌਰ ਤੇ ਸਰਕਟ ਹਾਊਸ ਹੈ ਲੁਧਿਆਣੇ ਉੱਥੋਂ ਵਾਪਸ ਚਲੇ ਗਏ। ਦੋਸਤੋ ਤੁਸੀਂ ਸੁਣ ਰਹੇ ਹੋ ਰੰਗਲਾ ਪੰਜਾਬ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, ਦੇਖ ਰਹੇ ਹੋ CNN ਟੋਰਾਂਟੋ, ਔਰ ਮੰਡੇ ਟੂ ਫਰਾਈਡੇ ਰਾਤ ਨੂੰ 8 to 10, ਸਵੇਰੇ 9 to 12 ਇਹ ਪ੍ਰੋਗਰਾਮ ਬ੍ਰੌਡਕਾਸਟ ਕੀਤਾ ਜਾਂਦਾ ਹੈ। ਸੈਟਰਡੇ 3 PM to 5 PM, ਸੰਡੇ 1 to 3, ਦੁਪਹਿਰੇ ਅਰਸ਼ ਹਾਜ਼ਰ ਹੁੰਦੇ ਨੇ 2 ਵਜੇ ਤੋਂ ਲੈ ਕੇ 3 ਵਜੇ ਤੱਕ ਏਸ਼ੀਅਨ ਵਿਜ਼ਨ ਦੇ ਰਾਹੀਂ। ਮੈਂ ਗੱਲ ਕੀਤੀ ਸੀਗੀ ਪੋਡਕਾਸਟ ਵਾਲੇ ਨਿਹੰਗ ਸਿੰਘਾਂ ਵਾਲੀ ਵੀ ਬਹੁਤ ਮਾੜਾ ਕੀਤਾ, ਨਹੀਂ ਹੱਥ ਚੁੱਕਣਾ ਚਾਹੀਦਾ ਉਹਨਾਂ ਨੂੰ, ਕਿਉਂਕਿ ਜੇ ਗੁਰੂ ਦੀ ਲਾਡਲੀ ਫੌਜ ਨਿਹੰਗ ਸਿੰਘ, ਭਾਈ ਪਹਿਲਾਂ ਤਾਂ ਉਹਦੇ ਨਾਲ ਵਿਚਾਰਾਂ ਨਾਲ ਚਰਚਾ ਕਰੋ ਤੁਸੀਂ ਜਾ ਕੇ। ਇੱਕ ਤਾਂ ਪੋਡਕਾਸਟ ਵੀ ਮੈਨੂੰ ਲੱਗਦਾ ਕਿ ਸ਼ਰਾਰਤੀ ਆਪਣੀ TRP ਵਧਾਉਣ ਵਾਸਤੇ ਜਣੇ ਖੜੇ ਨਾਲ ਲੈ ਕੇ ਮਾਈਕ ਜਾਂ ਤੁਰ ਪੈਂਦੇ ਨੇ, ਪਤਾ ਕੁਝ ਹੁੰਦਾ ਨਹੀਂ। ਅਗਲਾ ਕਹਿੰਦਾ ਕਿ ਗੁਰੂ ਨਾਨਕ ਮਹਾਰਾਜ ਵੀ ਹਿੰਦੂ ਸੀ, ਗੁਰੂ ਤੇਗ ਬਹਾਦਰ ਸਾਹਿਬ ਵੀ ਹਿੰਦੂ ਸੀ, ਕਸ਼ਮੀਰ ਦੇ ਪੰਡਿਤ ਆਏ ਸੀ ਆਪਣੇ ਗੁਰੂ ਕੋ ਆਏ ਸੀ, ਚਲੋ ਆਪਣਾ ਗੁਰੂ ਮੰਨ ਲਿਆ ਉਹਨਾਂ ਨੇ, ਸਿੱਖਾਂ ਦੇ ਨਵੇਂ ਗੁਰੂ ਨੂੰ ਕਸ਼ਮੀਰੀ ਪੰਡਿਤਾਂ ਨੇ ਇਸ ਬੰਦੇ ਦੇ ਕਹਿਣ ਦੇ ਮੁਤਾਬਕ ਉਹਨਾਂ ਨੇ ਮੰਗ ਲਿਆ, ਬਾਕੀ ਗੁੱਸਾ ਨਾ ਕਰਨ। ਅਤੇ ਜੇ ਪੋਡਕਾਸਟ ਨੂੰ ਇੰਨੀ ਅਕਲ ਹੁੰਦੀ, ਕੁਝ ਪੱਲੇ ਹੁੰਦਾ, ਜੇ ਵਾਕਈ ਉਹ ਸਿੱਖੀ ਜਜ਼ਬੇ ਵਾਲਾ ਸੀ ਅਤੇ ਇੰਟਰਵਿਊ ਕਰ ਰਿਹਾ ਹੁੰਦਾ, ਤਾਂ ਕਹਿੰਦਾ ਗੁਰੂ ਨਾਨਕ ਮਹਾਰਾਜ ਨੂੰ ਤੁਸੀਂ ਹਿੰਦੂ ਕਿੱਦਾਂ ਕਹਿ ਸਕਦੇ ਹੋ, ਉਹਨਾਂ ਨੇ ਤਾਂ ਜਨੇਊ ਪਾਉਣ ਤੋਂ ਇਨਕਾਰ ਕਰਤਾ ਸੀ ਸ਼ੁਰੂ ਤੋਂ ਹੀ, ਮੁੱਢਲੇ ਰੂਪ 'ਚ ਜਵਾਬ ਨਹੀਂ ਸੀ ਆਉਣਾ ਅਗਲੇ ਕੋਲ ਉਸ ਦੇ ਸਵਾਲ ਦਾ, ਜਵਾਬ ਦੇ, ਜਵਾਬ ਦੇ, ਜਵਾਬ ਕਿਉਂ 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 ਜਨੇਊ ਪਹਿਲਾਂ ਮੁੱਢਲਾ ਧਰਮ ਉਸ ਵਕਤ ਜਨੇਊ ਪਾਉਣਾ ਸੀ ਨਾ, ਜਨੇਊ ਤੋਂ ਇਨਕਾਰ ਕਰਤਾ ਗੁਰੂ ਨਾਨਕ ਮਹਾਰਾਜ ਨੇ। ਅੱਛਾ, ਗਿਆਨੀ ਗੁਰਦਿੱਤ ਸਿੰਘ ਉਹਨਾਂ ਨੇ ਇੱਕ ਵਾਰ ਨਹੀਂ, 2 ਵਾਰ ਨਹੀਂ, 3 ਵਾਰ ਨਹੀਂ, ਕਈ ਵਾਰ ਜਿਹੜਾ ਆਰੀਆ ਸਮਾਜ ਦੇ ਮੁਖੀ ਨੂੰ ਇਸ ਮਸਲੇ ਦੇ ਉੱਤੇ ਚਿੱਤ ਕੀਤਾ, ਇਤਿਹਾਸ ਗਵਾਹ ਆ। ਅਤੇ ਜੇ ਪੋਡਕਾਸਟ ਨੂੰ ਪੜ੍ਹਿਆ ਹੋਵੇ ਕਿਸੇ ਨੇ, ਕੁਝ ਪੜ੍ਹਿਆ ਹੋਵੇ, ਤਾਂ ਫਿਰ ਤਾਂ ਸਵਾਲ ਕਰੋ ਤੁਸੀਂ। ਮੈਨੂੰ ਤਾਂ ਲੱਗਦਾ ਇਹਨਾਂ 'ਤੇ ਵੀ ਐਕਸ਼ਨ ਲੈਣਾ ਚਾਹੀਦਾ ਕਮੇਟੀ ਨੂੰ, ਇਹਨਾਂ 'ਤੇ ਵੀ ਧਾਰਾ 295A ਲਾ ਕੇ ਜਾਂ ਜਿਹੜੇ ਇਹੋ ਜਿਹੀ 3 ਚਕਾਨਾ ਜਿਹਾ ਪਾ ਕੇ ਤੁਰੇ ਫਿਰਦੇ ਨੇ, ਜਿਹਨਾਂ ਨੂੰ ਅਕਲ ਨਹੀਂ, ਕੋਈ ਥੋ ਨਹੀਂ, ਇਹ 'ਤੇ ਵੀ ਜਥੇਬੰਦੀਆਂ ਨੂੰ ਜਿਹੜਾ ਵਾ ਸੁਚੇਤ ਹੋਣਾ ਚਾਹੀਦਾ। ਕੀ ਕਹਿਣਾ ਚਾਹੋਗੇ, ਪੰਗਾ 'ਤੇ ਇਹਨਾਂ ਦਾ, ਆਪਣੀ TRP ਵਧਾਉਣ ਵਾਸਤੇ ਜਣੇ ਖਾਣੇ ਦੇ ਮੂੰਹ ਅੱਗੇ ਮਾਈਕ ਕਰ ਦਿੰਦੇ ਨੇ। ਹਾਂਜੀ, ਉਹਨੇ ਕੁਝ ਕਹਿਤਾ, ਪੱਲੇ ਤੁਹਾਡੇ ਕੁਝ ਹੈ ਨਹੀਂ, ਮੁੜ ਕੇ ਤੁਸੀਂ ਬ੍ਰੌਡਕਾਸਟ ਕਰ ਦਿੰਦੇ, 2 ਭਾਈਚਾਰਿਆਂ ਦੇ ਵਿੱਚ ਤੁਸੀਂ ਜਿਹੜਾ ਤਰੇੜਾਂ ਪਾਉਂਦੇ, ਫਿਰ ਵੱਧ ਜਾਂਦਾ ਕੰਮ। ਜੇ ਨਿਹੰਗ ਸਿੰਘਾਂ ਨੇ ਇੰਨਾ ਪੜਿਆ ਹੁੰਦਾ ਵੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਦੀ ਲਾਡਲੀ ਫੌਜ ਹੈ, ਸਾਨੂੰ ਹਥਿਆਰ ਚੁੱਕਣ ਵਾਸਤੇ ਕਦੋਂ ਕਿਹਾ ਉਹਨੇ? ਚੂੰਕਾਰ ਆ ਜਹਮਾ ਹੀਲ ਤੇ ਦਰਗੁਜਸ਼ਤ ਹਲਾਲ ਅਸਤ ਵਰਦਨ ਬਾ ਸ਼ਮਸ਼ੀਰ ਦਸਤ, ਕਦੋਂ ਜਾਣਾ ਸ਼ਮਸ਼ੀਰ ਤੇ ਹੱਥ? ਜੇ ਉਹਨੇ ਕੋ ਗੱਲ ਕਹੀ ਹੈ ਤਾਂ ਤੁਸੀਂ ਉਸ ਉਹਨੂੰ ਚੈਲੰਜ ਕਰੋ, ਕਿਸੇ ਮੰਚ 'ਤੇ ਚੈਲੰਜ ਕਰੋ, ਜਵਾਬ ਦਿਓ ਉਹਨੂੰ। ਗੁਰੂ ਨਾਨਕ ਮਹਾਰਾਜ ਨੇ ਪੰਡਿਤ ਚਤਰਦਾਸ ਨੂੰ ਬਨਾਰਸ ਦੇ ਵਿੱਚ ਕੀਤਾ ਕਿ ਨਹੀਂ? ਤੇ ਜੇ ਇਹੀ ਸਵਾਲ ਪੁੱਛ ਲੈਂਦਾ ਵੀ ਚਲੋ ਠੀਕ ਆ ਤੁਸੀਂ ਕਹਿੰਦੇ ਵੀ ਸਿੱਖ ਆ, ਤੇ ਫਿਰ ਗਿਆਨ ਗੋਦਰੀ ਗੁਰਦੁਆਰਾ ਸਾਹਿਬ ਕਿਉਂ ਢਾਇਆ ਤੁਸੀਂ? ਦੋ ਹੀ ਸਵਾਲ ਪੁੱਛ ਲਓ, ਜਵਾਬ ਦੇਣ ਲੱਗਿਆਂ ਫਿਰ ਮੇਰੇ ਮੂੰਹ 'ਚ ਭੈੜਾ ਲਫ਼ਜ਼ ਨਿਕਲ ਜਾਵੇ, ਖਾਨੇ ਚਿੱਤ ਹੋ ਜਾਂਦੇ ਨੇ।
ਕਿਉਂ ਪਟੀ ਸਾਹਿਬ? ਬਿਲਕੁਲ ਬਿਲਕੁਲ ਜਣਾ ਖਣਾ ਅੱਜ ਕੱਲ੍ਹ ਠੀਕ ਹੈ, ਪੋਡਕਾਸਟ ਕਰੋ ਚੰਗੇ ਕਰਦੇ ਵਧੀਆ, ਜੇ ਅਕਲ ਹੈਗੀ ਹੈ ਤਾਂ ਕੋਈ ਸਵਾਲ ਪੁੱਛਣ ਤੋਰੋ, ਨਹੀਂ ਤਾਂ ਫਿਰ ਬੇਇੱਜ਼ਤੀ ਨਾ ਕਰਾਓ। ਅਤੇ ਭਾਈਚਾਰੇ ਦੇ ਵਿੱਚ, ਦੋਨਾਂ ਭਾਈਚਾਰਿਆਂ ਦੇ ਵਿੱਚ ਇਹਨਾਂ ਲੋਕਾਂ ਨੇ ਤ੍ਰੇੜਾਂ ਪਾਈਆਂ ਨੇ, ਉਹਨੂੰ ਸਿਕਿਉਰਿਟੀ ਮਿਲ ਜਾਣੀ ਹੈ। ਜਿਹੜੀ ਗੱਲ ਤੁਸੀਂ ਕਹੀ ਨਾ ਗੁਰਜਤ ਸਿੰਘ ਨੇ, ਉਹ ਜਿੱਤ ਸਿੰਘ ਨੇ, ਆ ਗਿਆਨੀ ਦਿੱਤ ਸਿੰਘ, ਸੋਰੀ ਗਿਆਨੀ ਦਿੱਤ ਸਿੰਘ ਸੀ, ਉਹ ਦਲਿਤ ਪਰਿਵਾਰ ਨਾਲ ਸੰਬੰਧ ਰੱਖਦੇ ਸੀ ਤੇ ਸਾਡੇ ਗ੍ਰੰਥੀਆਂ ਦਾ ਹੰਕਾਰ ਇੰਨਾ ਸੀਗਾ ਵੀ ਜਦੋਂ ਉੱਥੇ ਇੱਕ ਪ੍ਰਚਾਰ ਦੀ ਬਕਾਇਦਾ ਤੌਰ ਤੇ ਸਪੀਚ ਕਰਨੀ ਤੇ ਉਹ ਆ ਕੇ ਸੰਗਤ ਚ ਖਲੋ ਕੇ ਬੋਲਦੇ ਸੀ, ਜਦੋਂ ਪ੍ਰਚਾਰ ਲੈਣਾ ਦੇ ਕਹਿੰਦੇ ਤੂੰ ਦਲਿਤ ਆ, ਜਾ ਕੇ ਜੁੱਤੀਆਂ ਜਾ ਕੇ। ਬਿਲਕੁਲ 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 ਬਿਲਕੁਲ, ਉਹ ਬੈਠ ਕੇ ਪ੍ਰਚਾਰ ਲੈਂਦੇ ਸੀ ਕਿਉਂਕਿ ਇਹਨਾਂ ਲੋਕਾਂ ਨੂੰ ਪਤਾ ਨੀ ਮੈਂ ਕੌਣ ਆ। ਬਿਲਕੁਲ ਬਿਲਕੁਲ, ਪ੍ਰੋਫੈਸਰ ਗੁਰਮਿਲ ਸਿੰਘ ਨੇ ਪਛਾਣਿਆ ਤੇ ਉਹਨੂੰ ਘਰ ਰੱਖਦੇ ਸੀ, ਇਕੱਠੇ ਕਹਿੰਦੇ ਪੈਂਦੇ ਸੀ, ਨਹੀਂ ਯਾਰ ਇਹ ਬੰਦਾ ਵਿਦਵਾਨ ਆ, ਜਿਹਨੇ ਵਿਵੇਕਾਨੰਦ ਨੂੰ ਤਿੰਨ ਵਾਰੀ ਹਰਾਇਆ, ਤਿੰਨ ਵਾਰੀ। ਬਿਲਕੁਲ ਜੀ, ਚਲੋ ਅਗਲਾ ਸਵਾਲ ਬੜਾ ਅਹਿਮ ਹੈ। ਬਿਕਰਮਜੀਤ ਸਿੰਘ ਮਜੀਠੀਆ ਨੂੰ ਦਿੱਤੀ ਹਾਈ ਕੋਰਟ ਨੇ ਰਾਹਤ, ਅਤੇ ਇਸ ਮਸਲੇ 'ਤੇ ਆਪਾਂ ਗੱਲਬਾਤ ਕਰਨੀ ਹੈ। ਦੂਜੀ ਗੱਲਬਾਤ ਹੈ ਆਬਕਾਰੀ ਨੀਤੀ ਮਾਮਲੇ ਦੇ ਵਿੱਚ ਕੇਜਰੀਵਾਲ ਦੀ ਭੂਮਿਕਾ ਦੀ ਜਾਂਚ ਹਾਲੇ ਬਾਕੀ ਹੈ, ਕਿਉਂਕਿ ਦੋਨੋਂ ਮਾਮਲੇ ਆਪਸ 'ਚ ਜੁੜਦੇ ਨੇ। ਬਿਕਰਮਜੀਤ ਸਿੰਘ ਮਜੀਠੀਆ ਦੇ ਕੋਲੋਂ ਮਾਫ਼ੀ ਮੰਗੀ ਹੈ ਲਾਲਾ ਜੀ ਨੇ, ਅਤੇ ਲਾਲਾ ਜੀ ਖੁਦ ਹੁਣ ਜੇਲ੍ਹ ਦੇ ਵਿੱਚ ਨੇ, ਇਹਨਾਂ ਦੇ ਉੱਤੇ ਗੱਲਬਾਤ ਕਰਾਂਗੇ। ਅਤੇ ਪੰਥ ਦੀ ਤੱਕੜੀ ਵਿੱਚ ਹਾਥੀ ਨਹੀਂ ਤੋਲਿਆ ਜਾ ਸਕਦਾ। 9058131320 2 ਕੁ ਮਿੰਟ ਦੀ ਬ੍ਰੇਕ, ਪਟੇ ਸਾਹਿਬ ਫਿਰ ਹਾਜ਼ਰ ਹੁੰਦੇ ਹਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਸੁਣਦੇ ਰਹਿਣਾ ਰੰਗਲਾ ਪੰਜਾਬ। ਯੂ ਆਰ ਲਿਸਨਿੰਗ ਟੂ CNN Toronto, Chawla News Network Toronto.